ਭਾਜਪਾ ਆਗੂ ਤੇ ਪੰਜਾਬ ਮਹਿਲਾ ਕਮਿਸ਼ਨਰ ਦੀ ਸਾਬਕਾ ਚੇਅਰਮੈਨ ਮਨੀਸ਼ਾ ਗੁਲਾਟੀ ਵੱਲੋਂ ਅੱਜ ਭਾਜਪਾ ਚੋਣ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਾਪਤੀਆਂ ਨੂੰ ਦੱਸਿਆ ਗਿਆ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੇ ਹੱਕ ਵਿੱਚ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਲੇਕਿਨ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਕੀਤਾ ਜਾ ਰਿਹਾ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ। ਦੇਸ਼ ਵਿੱਚ ਬਹੁਤ ਸਾਰੀਆਂ ਸਕੀਮਾਂ ਇੱਦਾਂ ਦੀ ਚੱਲ ਰਹੀਆਂ ਨੇ, 1-1 ਕਰੋੜ ਰੁਪਏ ਤੱਕ ਦੇ ਲੋਨ ਦੀ ਸਕੀਮ ਹੈ ਔਰਤ ਵਾਸਤੇ, ਬਹੁਤ ਸਾਰੀ ਇਹੋ ਜਿਹੀਆਂ ਸਕੀਮਾਂ ਚੱਲ ਰਹੀਆਂ ਨੇ ਜਿਨ੍ਹਾਂ ਦਾ ਸਟੇਟ ਗਵਰਨਮੈਂਟ ਨੇ ਹਾਲੇ ਤੱਕ ਮੌਜੂਦਾ ਸਾਡੀ ਪੰਜਾਬ ਦੀ ਕਮਿਊਨਿਟੀ ਜਿਹੜਾ 50% ਵੋਟ ਵਿਮੈਨ ਦਾ ਹੈ ਅਵੇਅਰ ਨਹੀਂ ਹੈਗੀਆਂ। ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਸਰਕਾਰ ਵੱਲੋਂ, ਭਾਰਤ ਸਰਕਾਰ ਵੱਲੋਂ ਕਿਹੜੀਆਂ ਸਕੀਮਾਂ ਸਾਡੇ ਵਾਸਤੇ ਚੱਲ ਰਹੀਆਂ ਨੇ। ਬਹੁਤ ਵਧੀਆ ਸਕੀਮ ਹੈ, ਔਰ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਵਰਕਿੰਗ ਵਿਮੈਨਸ ਨੂੰ ਵੀ ਨਹੀਂ ਪਤਾ ਕਿ ਸਾਨੂੰ ਇਹ ਫੈਸਿਲਿਟੀਜ਼ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀਆਂ ਨੇ, ਕਿਉਂਕਿ 2018 ਵਿੱਚ ਮੈਂ ਚੇਅਰਪਰਸਨ ਬਣੀ ਸੀ ਪੰਜਾਬ ਮਹਿਲਾ ਆਯੋਗ ਦੀ। ਪੂਰੇ ਸਾਡੀ 50% ਵੋਟ ਵਿਮੈਨਸ ਦਾ, ਮੇਰੇ ਕੋਲ ਪੂਰੀ ਸਾਰੀ ਸਟੇਟ ਤੋਂ ਔਰਤਾਂ ਸਨ, ਲੁਧਿਆਣੇ 'ਚੋਂ ਸਭ ਤੋਂ ਜ਼ਿਆਦਾ ਕੰਪਲੇਂਟ ਸਨ ਮੇਰੇ ਕੋਲ, ਅਤੇ ਇਹ ਉਹ ਰਵਨੀਤ ਬਿੱਟੂ ਹੈ ਕਿ ਜਿਹਨੇ ਮੇਰੀ ਵਾਰ ਵਾਰ ਇੱਥੇ ਅਦਾਲਤਾਂ ਕਰਾਈਆਂ। ਇਹ ਰਵਨੀਤ ਬਿੱਟੂ ਉਹ ਸ਼ਖਸ ਹੈ ਜਿਹਨੇ ਕਿ ਕੋਵਿਡ ਦੇ ਦਰਮਿਆਨ, ਜੇ ਤੁਸੀਂ ਕਿਸੇ ਨੇ ਮੇਰੀ ਵੀਡੀਓ ਬਣਾਈ ਹੋਏਗੀ ਤਾਂ ਬਿੱਟੂ ਦੀ ਗੱਡੀ ਵਿੱਚ ਆ ਜਾਏਗੀ ਉਸ ਕੋਵਿਡ ਦਰਮਿਆਨ, ਕਿ ਰਵਨੀਤ ਬਿੱਟੂ ਜਿਹਦੇ ਨਾਲ ਮੇਰਾ ਕੋਈ ਡਾਇਰੈਕਟ ਇੰਟਰੈਕਸ਼ਨ ਨਹੀਂ ਰਿਹਾ ਪਾਸਟ ਵਿੱਚ, ਕਿਉਂਕਿ ਹੀ ਇਜ਼ ਏ ਪੋਲੀਟੀਸ਼ੀਅਨ। ਮੇਰੀ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਐਜ਼ ਏ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮੇਰੀ ਐਂਟਰੀ ਕਰਵਾਈ। ਮੈਨੂੰ ਪਰਨੀਤ ਕੌਰ ਇੱਕ ਕਿਚਨ ਵਿੱਚ ਇੱਕ ਮਾਂ ਨੂੰ ਖਿੱਚ ਕੇ ਬਾਅਦ, ਮੈਂ ਇੱਕ ਫੈਸ਼ਨ ਡਿਜ਼ਾਈਨਰ ਸਾਂ, ਮੈਨੂੰ ਇਸ ਲੈ ਕੇ ਆਏ ਸੋਸ਼ਲ ਸਰਵਿਸਿਜ਼। ਮੈਂ ਮਹਿਲਾ ਆਯੋਗ ਦੀ ਚੇਅਰਪਰਸਨ ਬਣੀ, ਇੱਕ ਇਹ ਸੋਸ਼ਲ ਕੋਜ ਤੋਂ ਜੁੜਿਆ ਹੋਇਆ ਕੰਮ ਸੀ, ਰਾਜਨੀਤੀ ਤੱਕ ਦੂਰ ਦੂਰ ਤੱਕ ਕੋਈ ਤਾਲੁਕਾਤ ਨਹੀਂ ਸੀ, ਪਰ ਕਿਉਂਕਿ ਮੈਂ ਉਸ ਸੀਟ 'ਤੇ ਬੈਠ ਕੇ ਮਹਿਸੂਸ ਕੀਤਾ ਮੇਰਾ ਵੀ ਕੁਛ ਪਾਸਟ ਇੱਕ ਆਮ ਔਰਤ ਦੀ ਸਟਰਗਲ ਲਾਈਫ ਦੇ ਨਾਲ ਜੁੜਿਆ ਹੋਇਆ, ਮੈਂ ਆਪਣੇ ਆਪ ਨੂੰ ਉਸ ਸੀਟ 'ਤੇ ਬੈਠ ਕੇ ਰਿਲੇਅ ਉਹਦੇ ਨਾਲ ਕੀਤਾ। ਰੋਜ਼ ਦਾ ਕਮਿਊਨੀਕੇਸ਼ਨ ਮੇਰਾ ਰਾਜਨੀਤਿਕਾਂ ਨਾਲ ਸੀ, ਪੋਲੀਟੀਸ਼ਨਾਂ ਨਾਲ ਸੀ, ਹਰ ਡਿਸਟ੍ਰਿਕਟ 'ਚੋਂ ਕੰਪਲੇਂਟਸ, ਇਨਫਲੂਐਂਸ ਆਫਿਸਰਸ ਪੋਲੀਟੀਸ਼ਨਾਂ ਤੋਂ, ਪੋਲੀਟੀਸ਼ਨਾਂ ਦਾ ਬਹੁਤ ਵੱਡਾ ਰੋਲ ਸੀ ਉਸ ਟਾਈਮ 'ਤੇ। ਮੈਂ ਮਹਿਸੂਸ ਕੀਤਾ ਕਿ ਕਿੰਨਾ ਕੁ ਰਾਜਨੀਤਿਕ ਕੰਮ ਕਰ ਰਹੇ ਨੇ ਆਪਣੇ ਆਪਣੇ ਹਲਕੇ 'ਚ, ਕਿੰਨਾ ਕੁ ਸਪੋਰਟ ਹੈ। ਇਹ ਸਿਰਫ ਸ਼ਤਰੰਜ 'ਚ ਜਿਹੜੇ ਪਾਸੇ ਸੁੱਟਣੇ ਆ ਅਤੇ ਖੇਲ ਖਤਮ ਹੋਣ ਤੋਂ ਬਾਅਦ ਅਸੀਂ ਉਹਨੂੰ ਬੰਦ ਕਰਕੇ ਠੱਪ ਕੇ ਰੱਖ ਦਿੰਦੇ ਹਾਂ, ਜਨਤਾ ਨੂੰ ਵੀ ਉਸੇ ਤਰ੍ਹਾਂ ਯੂਜ ਕੀਤਾ ਜਾ ਰਿਹਾ ਸੀ, ਜੋ ਕਿ ਮੈਂ ਕਮਿਸ਼ਨ ਦੀ ਕੁਰਸੀ 'ਤੇ ਬੈਠ ਕੇ ਮਹਿਸੂਸ ਕੀਤਾ। ਮੈਨੂੰ ਬੜੀਆਂ ਧਮਕੀਆਂ ਲਾਈਆਂ ਜਾਂਦੀਆਂ ਸੀ, ਚੀਫ ਮਿਨਿਸਟਰ ਨੂੰ ਜਾ ਕੇ ਮੇਰੀ ਸ਼ਿਕਾਇਤਾਂ ਲਾਈਆਂ ਜਾਂਦੀਆਂ ਸੀ, ਪਰ ਮੈਂ ਇੱਕ ਗੱਲ ਕਹਾਂਗੀ ਵਾਰ ਵਾਰ, ਐਜ਼ ਏ ਕਮਿਸ਼ਨ ਦੀ ਚੇਅਰਪਰਸਨ, ਪੰਜਾਬ ਸਟੇਟ ਵਿਮੈਨ ਕਮਿਸ਼ਨ ਦੀ ਕੁਰਸੀ ਹੋਏ, ਕੋਈ ਵੀ ਸਟੇਟ ਦੀ ਕਮਿਸ਼ਨ ਦੀ ਕੁਰਸੀ ਹੋਏ, ਸਰਕਾਰ ਦੇ ਸਪੋਰਟ ਤੋਂ ਬਿਨਾਂ ਓਨਲੀ ਇੱਕ ਕੋਸਮੈਟਿਕ ਸੀ, ਅਤੇ ਇਸ ਗੱਲ ਦੀ ਮੈਂ ਮਹਾਰਾਣੀ ਪਰਨੀਤ ਕੌਰ ਦੀ ਸ਼ਲਾਘਾ ਕਰਦੇ ਹੋਏ, ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿ ਬਸ ਉਹਨਾਂ ਨੇ ਮੈਨੂੰ ਫ੍ਰੀ ਹੈਂਡ ਦਿੱਤਾ ਹੋਇਆ ਸੀ। ਸਰਕਾਰਾਂ ਦਾ ਕੰਮ ਹੁੰਦਾ, ਤੁਹਾਨੂੰ ਹੁਣ MLA ਦੀ ਟਿਕਟਾਂ ਵੰਡੀਆਂ ਜਾ ਰਹੀਆਂ, MP ਦੀ ਟਿਕਟਾਂ ਵੰਡੀਆਂ ਗਈਆਂ, ਕੈਂਡੀਡੇਟ ਉਤਾਰ ਦਿੱਤੇ ਗਏ, ਤੁਹਾਡੀ ਆਪਣੀ ਕਾਰਜਸ਼ੈਲੀ ਉੱਤੇ ਹੁੰਦਾ ਕਿ ਤੁਸੀਂ ਲੋਕਾਂ ਨੂੰ, ਜਨਤਾ ਨੂੰ ਕਿਵੇਂ ਲੈਂਦੇ ਹੋ। ਮੈਨੂੰ ਪ੍ਰਾਊਡ ਫੀਲ ਹੋ ਰਿਹਾ ਕਿ ਡਿਸਟ੍ਰਿਕਟ ਮਹਿਲਾ ਇੱਥੇ ਦੀ ਲੁਧਿਆਣਾ ਦੀ ਪ੍ਰੈਜ਼ੀਡੈਂਟ ਬਹੁਤ ਸਟਰੋਂਗ ਹੈ, ਮੈਨੂੰ ਇਹਨਾਂ ਨੂੰ ਮਿਲ ਕੇ ਖੁਸ਼ੀ ਹੋਈ, ਓਨੀ ਖੁਸ਼ੀ ਇਹਨਾਂ ਨੂੰ ਮੇਰੇ ਤੋਂ ਮਿਲ ਕੇ ਹੋਈ ਕਿ ਦੋ ਸਟਰੋਂਗ ਵਿਮੈਨਸ ਆਪਸ ਵਿੱਚ ਮਿਲੀਆਂ। ਅੱਜ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਰੋਡ ਸ਼ੋ 'ਤੇ ਲੈ ਕੇ ਜਾਣ ਵਾਲੇ ਨੇ, ਮੈਨੂੰ ਬਹੁਤ ਪ੍ਰਾਊਡ ਹੈ, ਡੈਡੀਕੇਟ ਵੁਮੈਨ ਲੁਧਿਆਣਾ ਸ਼ਹਿਰ ਨੂੰ ਮਿਲੀ ਹੋਈ ਹੈ, ਜਿਹੜੀ ਸ਼ਹਿਰ ਦੀ ਤਰੱਕੀ ਵੁਮੈਨਸ ਨੂੰ ਉੱਤੇ ਉੱਠਣਾ ਦੇਖਣਾ ਚਾਹੁੰਦੀ ਹੈ। ਦੇਖੋ ਜੀ, ਆਪ ਸਰਕਾਰ ਵਿੱਚ ਸਾਡੀ ਮੌਜੂਦਾ, ਮੈਂ ਆਪਣੀ ਸਟੇਟ ਦੀ ਗੱਲ ਕਰਾਂਗੀ, ਪਰ ਇੱਕ ਜਿਹੜਾ ਦਿੱਲੀ 'ਚ ਤੁਸੀਂ ਇੱਕ ਸਵਾਲ ਪੁੱਛਿਆ, ਬਹੁਤ ਹੀ ਸ਼ਰਮਨਾਕ ਹੈ, ਇੱਕ ਔਰਤ ਦੀ ਡਿਗਨਿਟੀ ਉੱਤੇ ਵਾਰ ਹੋਇਆ ਹੈ, ਪੈਰਲਰ
चुकी है, कानून भी इन नज़र है। मैं इन बारे ज़्यादा हूँ कमेंट तो नहीं करांगी, पर यह कहूँगी कि पैरलर गवर्नमेंट साड़ी स्टेट पहली गवर्नमेंट है जिथे नंबर ऑफ वूमेन्स MLA ने मंत्री ने किसी ने अपनी आवाज़ नहीं चुकी। तो यह एक औरतों के स्वाभिमान उत्ते बहुत बड़ा पंजाब की औरतों के स्वाभिमान उत्ते प्रहार है। 50% वोट चाहिए तो औरतों का वोट चाहिए। अब मैं थोड़े सारिया के राही सारी औरतों एक मैसेज देना चाहनी हाँ कि तुसी क्या अपने आप को स्ट्रोंग मंदिया हो कि तुसी स्ट्रोंग हो? क्या तुहानू हज़ार हज़ार रुपया मिलिया? 26 महीने हो गए ने 26,000 रुपया एक औरत का क्या तुहानू मिलिया? क्या तुहानू लगता है अज तुसी स्ट्रोंग हो? मैं जो तो पॉलिटिक्स मिलन जाती सी मेरे उतरन तो पहला मैं सरकार ने उतारिया उतरन तो पहला मौजूदा जड़े CM सन सरकार बनन तो पहला मैं उन्होंने ग्रीट करन गई उन्होंने विश करन गई बंद कमरे दे विचे अफसर और 2-3 होर MLA बैठे सी मीटिंग चल रही सी उत्थे ऑफिसर ने चीफ मिनिस्टर दे कान च गया मैं 5 मिनट बैठ के मैं उन्होंने मीटिंग सुनी उन्होंने मैं बैठने वास्ते नहीं कहा मैं आप बैठी क्योंकि मैं आप काम लेके गई सी ए ओ आपस च ए डिसाइड कर रहे सन कि चुनाव आ रहे ने नेक्स्ट जुमला केड़ा सुपना जनता वास्ते ते एक ऑफिसर ने उन्होंने कहा कि मेरी तरफ नज़र करके कि पहले इन्हों बाहर करो इन्हों फारग करके इन्हों भेजो क्योंकि वो मेरे बारे सबनों पता है मैं बड़ी स्ट्रेट फॉरवर्ड हाँ ना मैं डरती हाँ किसी के प्यो तो मूँह तो कह ना लिया चो हाँ किसी महिला नु BJP ने टिकट नहीं दिती। IAS मेंबर परमपाल मेरी माता मेरी मां परनीत कौर जड़ी मेरी मेंटर ने जड़े मेनू इतने खिच जे BJP तो लड़ लिए निशान कमल दे फूल दा लग गया ते कोई मैटर नहीं करता। जज ना करो सब दे घर च बहना ने मावा ने औरत नू जज करना बहुत सौखा है। अज मैं भी तुहाडे विच बैठी हाँ ना नहीं नहीं तुसी नहीं कर रहे मनीषा गुलाटी दी मनीषा गुलाटी नू सरकार ने चेयरपर्सन बनाता जे मेरे मुँह जज है तेज आवाज आई है जज्बा आया ना काम करन दा एना इको ही रीजन है मेरे पंजाब दे पुलिस ऑफिसर ते मेरी मीडिया मैं बार बार मैं कोई भी नैगेटिव भी कमेंट थोड़े चो देगा ना पर मैं थोड़ी जय जयकार लाती रहूँगी उनका रीज़न है ग्राउंड लैवल से जड़ी सच्चाई सी ना उन्हें तक खिंच के मैं मीडिया लैके गई है कोई नहीं लैके गया तो यह तारीफ है साड़ी पंजाब की मीडिया से। मैं सेंटर भी दिल्ली भी जाके बोलती हाँ मेरी पंजाब की मीडिया का कोई जवाब नहीं ना वो किसी तो मेरे वक्त डरते ने ना लेंदे ने ना लैके किसी तो खाते ने अपनी मेहनत का। पर दुख है कि आजकल मीडिया भी साड़ी थोड़ी जी परेशान है। चलो अच्छा वक्त भी आएगा पर मैनू तुहाडे सारिआं ते मान है। मैं चाहनी हाँ साड़ी पंजाब दी औरतां स्ट्रोंग होन। 50% वोट वूमेन दा हैगा अपने वोट दी ताकत नू सही तरीके नाल यूज करन। देखो ए मैं एक औरत नू क्रिटिसाइज नहीं कर सकती हाँ मैं एक औरत नू देखो ए ते हुन जनता है सब जानती है तुसी लोग जानते हो मेरे को जो बेस्ट बनया मैं कर पाई मैं कर सकी सब कुछ मैं भी नहीं ठीक कर पाई। जे मैं कहा कि मनीषा गुलाटी ने चेयरपर्सन की कुर्सी दे बह के वाह 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 बटोर ली नहीं रीजन की है डोमेस्टिक वायलेंस के केस ज्यादा क्यों है पंजाब से ग्राफ में ज्यादा होता है। देखो डोमेस्टिक वायलेंस के केस असि पंजाब विच नहीं कह सकते ऐसे भी ज्यादा है पर ऐसे कंपैरिजन यूपी की बात करते बिहार की बात करते या दिल्ली के लेकिन पंजाब में भी ज्यादा केस लगता है। बहुत सारे रीज़न ने मैम भी देखो दस रहे हैं कि नशा भी एक बहुत बड़ा रीज़न है जिंदे नाल मैं एग्री करती हाँ। साढ़े अज बच्चों को रोज़गार नहीं है नशा है नशा बच्चे कर रहे हैं। मैं जो 2020 प्रधानमंत्री नरेंद्र मोदी जी ने मैं बुलाया सी उदो भी मैं यह बिट्टू जरिया बनया सी लैके जान का मैं मैं एक गल का प्राउड फील हों जो मैं
ਨਾਲ ਮੀਡੀਆ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਇਸ ਦੇਸ਼ ਦੀ ਪਹਿਲੀ ਚੇਅਰਪਰਸਨ ਹਾਂ ਜਿਹੜੀ ਚੇਅਰਪਰਸਨ ਬਣ ਕੇ 3 ਵਾਰੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮਿਲੀ, 3 ਵਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲੀ। ਉਸ ਟਾਈਮ ਮੇਰੇ ਉੱਤੇ ਕਿਸੇ ਪਾਰਟੀ ਦਾ ਕੋਈ ਸਟੈਂਪ ਨਹੀਂ ਲੱਗੇ ਸੀ, ਪਰ ਇਹ ਸਾਡਾ ਹੁਣ ਸਾਡੇ ਭਾਰਤ ਵਿੱਚ ਕਿਸੇ ਵੀ ਔਰਤ ਨੂੰ ਅੱਗੇ ਵਧਣ ਵਾਸਤੇ ਤੁਹਾਨੂੰ ਇੱਕ ਬੈਕਿੰਗ ਦੀ ਜ਼ਰੂਰਤ ਹੈ। ਔਰ ਜਿਹੜਾ ਸਾਡੇ ਦੇਸ਼ ਲਈ ਇੰਨਾ ਕੁਛ ਕਰ ਲਿਆ, ਅੱਜ ਮੈਂ ਤੁਹਾਡੇ ਰਾਹੀਂ ਇੱਕ ਮੈਸੇਜ ਹੋਰ ਦੇਣਾ ਚਾਹੁੰਦੀ ਹਾਂ ਆਪਣੇ ਲੁਧਿਆਣੇ ਦੀ ਜਨਤਾ ਨੂੰ, ਕਿਉਂਕਿ ਮੈਨੂੰ ਲੁਧਿਆਣਾ 'ਤੇ ਬਹੁਤ ਮਾਣ ਹੈ। ਮੇਰੀ ਸਭ ਤੋਂ ਜ਼ਿਆਦਾ ਅਦਾਲਤਾਂ ਇੱਥੇ ਹੋਈਆਂ ਨੇ। ਦੇਖੋ, ਸਾਡਾ ਭਾਰਤ ਤਰੱਕੀ ਦੀ ਉਸ ਦਿਸ਼ਾ 'ਚ ਜਾ ਰਿਹਾ ਹੈ। ਅਸੀਂ ਅੰਗਰੇਜ਼ਾਂ ਤੋਂ ਤਾਂ ਆਜ਼ਾਦ ਜਦੋਂ ਹੋਏ ਹਾਂ, ਹੁਣ ਫਿਰ ਦੇਖੋ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਏਗਾ, ਤੁਸੀਂ ਮੀਡੀਆ ਦੇ ਲੋਕ ਹੋ, ਕਿ ਅਮੈਰੀਕਾ ਇੰਟਰਫੇਰੈਂਸ ਕਰ ਰਿਹਾ ਸਾਡੇ ਕੰਟਰੀ 'ਚ। ਇਹ ਪਹਿਲੀ ਵਾਰੀ ਹੋਇਆ ਕਿ ਰਸ਼ੀਆ ਨੂੰ, ਪੁਤਿਨ ਨੂੰ ਕਹਿਣਾ ਪੈ ਗਿਆ ਅਮੈਰੀਕਾ ਨੂੰ ਕਿ ਇੰਡੀਅਨ ਪੋਲੀਟਿਕਸ ਵਿੱਚ ਕਿਉਂ ਇੰਟਰਫੇਰੈਂਸ, ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ? ਕਿ ਭਾਰਤ ਦਾ ਗ੍ਰਾਫ ਉੱਪਰ ਜਾ ਰਿਹਾ ਨਾ, ਨਰਿੰਦਰ ਮੋਦੀ ਦਾ ਗ੍ਰਾਫ ਉੱਤੇ ਜਾ ਰਿਹਾ। ਮੈਡਮ, ਕੀ ਸਮਝਦੇ ਪੰਜਾਬ ਦੀ ਕਿੰਨੀਆਂ ਸੀਟਾਂ ਜਾਣ ਲੈ ਕੇ ਜਾਊਗੀ ਬੀਜੇਪੀ? ਇਹ ਤਾਂ ਪਬਲਿਕ ਡਿਸਾਈਡ ਕਰੇਗੀ ਨਾ। ਮੈਂ ਕਿਸ ਨਹੀਂ ਮੈਂ ਕਿਸ ਤਰ੍ਹਾਂ ਡਿਸਾਈਡ, ਮੈਂ ਤੇ ਦੇਖੋ ਨਰਿੰਦਰ ਮੋਦੀ ਜੀ ਦੇ ਬੜੀ ਪ੍ਰਸ਼ੰਸਕ ਆ। ਰਵਨੀਤ ਬਿੱਟੂ ਦੀ ਫੇਵਰ ਵਿੱਚ ਮੇਰਾ ਵੋਟ ਰਵਨੀਤ ਬਿੱਟੂ ਦੇ ਨਾਲ ਹੈ। ਮੈਂ ਤੇ ਕਹਾਂਗੀ 13 ਦੀ ਬੀਜੇਪੀ ਇੰਡੀਪੈਂਡੈਂਟ ਲੜਦੇ ਪਈ ਹੈ ਜੀ, ਉਸ ਕਰਕੇ ਮੈਂ ਕਹ ਰਿਹਾ ਕਿੰਨੀਆਂ ਕਿੰਨੀਆਂ। ਦੇਖੋ, ਮੈਂ ਤੇ ਕਹਾਂਗੀ 13 ਦੀ 13 ਸੀਟਾਂ ਹੀ ਬੀਜੇਪੀ ਲੈ ਕੇ ਜਾਏ, ਮੈਂ ਤੇ ਇਹੋ ਕਹਾਂਗੀ ਨਾ। ਬਾਕੀ ਪਬਲਿਕ ਨੇ ਦੇਖਣਾ, ਪਬਲਿਕ ਨੇ ਡਿਸਾਈਡ ਕਰਨਾ ਕਿ ਉਹ ਆਪਣੀ ਬੈਟਰਮੈਂਟ ਲਈ ਸ਼ਤਰੰਜ ਦੇ ਮੋਹਰੇ ਬੰਦੇ ਨੇ ਕਿ ਉਹ ਇੱਕ ਅੱਛੀ ਹਰ ਪਿਓ, ਹਰ ਭੈਣ, ਹਰ ਆਪਣਾ ਭਰਾ, ਹਰ ਹਸਬੈਂਡ ਆਪਣੀ ਵਾਈਫ ਵਾਸਤੇ ਸਟਰੋਂਗ ਡਿਸੀਜਨ ਲੈਂਦਾ ਹੈ। ਕਿੱਥੇ ਦੇਖਦੇ ਹੋ ਤੁਸੀਂ ਆਪਣੀ ਘਰ ਦੀ ਔਰਤ ਨੂੰ, ਉਹਦੇ ਵੋਟ ਨੂੰ, ਉਹਦੇ ਆਉਣ ਵਾਲੇ ਭਵਿਸ਼ ਨੂੰ ਕਿੱਥੇ ਦੇਖਦੇ ਹੋ? ਮੈਡਮ, देखिए, वो हमारे देश के प्रधानमंत्री हैं, मुझे इससे कुछ नहीं लेने देना कि कोई दूसरी औरत उनके बारे में क्या बोल रही है। कैंडिडेट वो नहीं है, उनके हस्बैंड है। तो मैं उनकी बात का कोई जवाब, मेरे लिए कोई वैल्यू नहीं रखती कि कोई भी ऐसे शब्द इस्तेमाल। बिल्कुल, पूरे देश को फर्क पड़ने वाला है। नरेंद्र मोदी जी हमारे देश के लिए एक ऐसा चेहरा है कि आने, अभी आपको पता है 2 कानून पेंडिंग पड़े हैं, जो कि लुधियाने से मैं यहाँ पे क्यों हूँ। रवनीत बिट्टू ने 2 कानून, एक हमारे ओल्ड पीपल को लेके है, बुजुर्गों को लेके कानून बनने जा रहा है जो पेंडिंग पड़ा है। कि अगर रवनीत बिट्टू लुधियाना से चुन के भारत सरकार का एक बहुत बड़ा चेहरा बनेंगे, बहुत बड़ा उनको मंत्रालय भी मिलेगा, मैं कह रही हूँ उनको मिलेगा, क्योंकि वो बहुत स्ट्रॉन्ग हो जाएंगे और पूरे पंजाब की बेटरमेंट के लिए, विमेंस के लिए वो काम करेंगे।